ਕਾਪਾ ਲੈ ਕੇ ਕੈਫੇ ਵਾਲਿਆਂ ਦੇ ਮਗਰ ਭੱਜਿਆ ਬਦਮਾਸ਼। ਇੱਕ ਨੌਜਵਾਨ ਦੇ ਮੂੰਹ ਤੇ ਹਮਲਾ ਕੀਤਾ ਜਿਸ ਕਰਕੇ ਨੌਜਵਾਨ ਦੇ ਜਬਾੜੇ ਦੇ ਕੋਲ ਟੱਕ ਆ ਗਿਆ ਹੀ ਵੱਡਾ। ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਨੌਜਵਾਨ ਨੇ ਲਾਲ ਕਲਰ ਦਾ ਬੈਗ ਟੰਗਿਆ। ਇਹ ਨੌਜਵਾਨ ਬਦਮਾਸ਼ ਦੱਸਿਆ ਜਾ ਰਿਹਾ ਹੈ। ਇਸ ਨੇ ਪਹਿਲਾਂ ਕੈਫੇ ਦੇ ਵਿੱਚ ਕੰਮ ਕਰ ਰਹੇ ਇੱਕ 20 ਸਾਲਾ ਮੁੰਡੇ ਦੇ ਨਾਲ ਬਹਿਸਬਾਜ਼ੀ ਕੀਤੀ। ਉਸ ਤੋਂ ਬਾਅਦ ਉਸਦਾ ਫੋਨ ਖੋਲ੍ਹਿਆ। ਫੋਨ ਖੋਲ੍ਹ ਤਾਂ ਜਦ ਇੱਕ ਦੂਜੇ ਮੁੰਡੇ ਨੇ ਵਿਰੋਧ ਕੀਤਾ ਤਾਂ ਇਹਨੇ ਦੇਖੋ ਕਿਵੇਂ ਬੈਗ ਦੇ ਵਿੱਚੋਂ ਕਾਫਾ ਕੱਢ ਕੇ ਉਸਦੇ ਤੇਜ਼ ਧਾਰ ਹਮਲਾ ਕਰ ਦਿੱਤਾ। ਦੱਸ ਦਈਏ ਕਿ ਹਮਲਾ ਇੰਨਾ ਤੇਜ਼ ਸੀ, ਇੰਨਾ ਜ਼ੋਰਦਾਰ ਸੀ ਕਿ ਮੁੰਡੇ ਦੇ ਮੂੰਹ 'ਤੇ ਕਈ ਟਾਂਕੇ ਲੱਗੇ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਬੋਹਰ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਕੈਫੇ ਦੇ ਬਾਹਰ ਹੰਗਾਮਾ ਹੋਇਆ ਹੈ। ਇੱਕ ਨੌਜਵਾਨ 'ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਬਦਮਾਸ਼ ਵੱਲੋਂ। ਪਹਿਲਾਂ ਤਾਂ ਉਸਨੇ ਫੋਨ ਖੋਇਆ, ਜਦ ਨੌਜਵਾਨ ਨੇ ਵਿਰੋਧ ਕੀਤਾ ਤਾਂ ਬਦਮਾਸ਼ ਨੇ ਦੇਖੋ ਕਿਵੇਂ ਕਾਪਾ ਲੈ ਕੇ ਸਾਰਿਆਂ ਦੇ ਦੁਆਲੇ ਹੋ ਗਿਆ। ਉਸਨੇ ਇਹ ਨਹੀਂ ਦੇਖਿਆ ਕਿ ਕੁੜੀ ਖੜ੍ਹੀ ਹੈ ਜਾਂ ਫਿਰ ਮੁੰਡਾ ਹੈ, ਸਾਰਿਆਂ ਦੇ ਉੱਤੇ ਕਾਪਾ ਚਲਾ ਦਿੱਤਾ ਅਤੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਹਨੂੰਮਾਨਗੜ੍ਹ ਰੋਡ 'ਤੇ, ਅਬੋਹਰ ਦੇ ਹਨੂੰਮਾਨਗੜ੍ਹ ਰੋਡ 'ਤੇ ਇੱਕ ਕੈਫੇ ਬਣਿਆ ਹੈ ਜਿੱਥੇ ਇਹ ਨੌਜਵਾਨ ਇੱਕ ਕੈਫੇ ਦੇ ਕਰਮਚਾਰੀ ਦੇ ਨਾਲ ਪਹਿਲਾਂ ਬਦਸਲੂਕੀ ਕਰਦਾ ਹੈ, ਉਸਦਾ ਫੋਨ ਖੋ ਲੈਂਦਾ ਹੈ। ਵਿਰੋਧ ਦੂਜੇ ਨੌਜਵਾਨ ਦੇ ਵੱਲੋਂ ਕੀਤਾ ਗਿਆ ਤਾਂ ਇਸਨੇ ਖੁੰਦਕ ਦੇ ਵਿੱਚ ਆ ਕੇ ਕਾਪੇ ਦੇ ਨਾਲ ਦੇਖੋ ਕਿਵੇਂ ਹਮਲਾ ਕੀਤਾ ਹੈ। ਦੱਸ ਦਈਏ ਕਿ ਪੀੜਤ ਦਾ ਨਾਮ ਰਵਿੰਦਰ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 20 ਸਾਲ ਹੈ ਅਤੇ ਉਹ ਇਹ ਕੈਫੇ ਦੇ ਵਿੱਚ ਕੰਮ ਕਰਦਾ ਹੈ। ਅਤੇ ਉਸ 'ਤੇ ਦੇਖੋ ਕਿਵੇਂ ਹਮਲਾ ਕੀਤਾ, ਗਰਦਨ 'ਤੇ ਕਾਪਾ ਮਾਰਿਆ, ਮੂੰਹ 'ਤੇ ਕਾਪਾ ਮਾਰਿਆ। ਆਓ ਪੀੜਤ ਦੇ ਕੋਲੋਂ ਹੀ ਜਾਣਦੇ ਹਾਂ ਕਿ ਆਖਿਰਕਾਰ ਗੱਲ ਕੀ ਹੋਈ ਸੀ, ਬਾਕੀ ਪੁਲਿਸ ਦੀ ਇਸ ਉੱਪਰ ਕੀ ਕਾਰਵਾਈ ਹੈ ਉਹ ਵੀ ਜਾਣਾਂਗੇ। ਗੱਲ ਮੁੰਡੇ ਦਾ ਫੋਨ ਖੋਇਆ ਜੀ, ਮੁੰਡੇ ਨੂੰ ਬਚਾਉਣ ਖਾਤਰ ਗਿਆ ਸੀ ਨਾ, ਫੋਨ ਲੈਣ ਵਾਸਤੇ ਜਿਵੇਂ ਹਮਲਾ ਕੀਤਾ ਫੋਨ, ਉਹ ਕਹਿੰਦਾ ਮੈਂ ਨਹੀਂ ਦੇ ਰਹਾ, ਉਸਨੇ ਬੈਗ ਸੇ ਕਾਪਾ ਨਿਕਾਲੋ ਔਰ ਮਾਰ ਦਿਆ। ਕੌਣ ਨੂੰ ਪਤਾ ਪੇਸ਼ੈਂਟ ਆਇਆ ਕਰਵਿੰਦਰ ਕੁਮਾਰ, ਸਾਨੂੰ ਬਨਵਾਰੀ ਨਾਲ ਸ਼ਾਈਨਿੰਗ ਕੈਫੇ 'ਚ ਲੜਾਈ ਹੋਈ ਹੈ, ਜਿਹੜਾ ਰਾਜਸਥਾਨ ਦਾ ਸੰਗਰੀ ਏਰੀਆ ਦਾ ਪਰਚਾ ਕੱਟ ਦਿੱਤਾ ਗਿਆ ਅਤੇ ਜਿਹੜੀ ਬੰਦ ਕਰ ਗਈ ਕਰਦੇ ਹਾਂ।